हैप्पी हैप्पी वे शर्म शुरम आउंदी है कि ना, अंदर उठ के इथे आके पै गया, चाह उथे पई ठंडी होई जांदी है। ਚਾਵਾਂ ਕੰਨ ਖਾਈ ਜਾਂਦੀ ਆ। ਇੱਕ ਤਾਂ ਰਾਤ ਲਾਈਟ ਨਹੀਂ ਸੀ, ਲਾਈਟ ਨਹੀਂ ਮੈਨੂੰ ਨੀਂਦ ਨਹੀਂ ਆਈ, ਮੈਂ ਬਾਹਰ ਆ ਕੇ ਸੌਂ ਗਿਆ। ਮੇਰੀ ਗੱਲ ਸੁਣੋ, ਮੈਂ 4 ਵਜੇ ਦੀ ਉੱਠੀ ਫਿਰਦੀ ਆ, ਸਾਰਾ ਕੰਮ ਕਾਰ ਕੀਤਾ, ਤੈਨੂੰ ਲਹਿਦਾ ਨੀਂਦ ਆਉਂਦੀ ਆ, ਉੱਠ ਕੇ ਖੇਤ ਵਗ ਜਾ। ਓਏ ਉੱਠ ਕੇ ਨਹੀਂ ਛੇਤੀ ਦੱਸ, ਖੇਤ ਵਗ ਜਾਵਾਂ ਕੀ, ਧਾਰਾਂ ਕੱਢਣੀਆਂ ਉੱਠ ਕੇ ਨਹੀਂ ਛੇਤੀ ਕੀ। ਬੇ ਦੁੱਧ ਵਾਲਿਆਂ ਦੇ ਉਹ ਨਾਲੇ ਪੈਸੇ ਲੈ ਕੇ ਆਉਣੇ ਆ, ਧਾਰਾਂ ਕੱਢਣੀਆਂ, ਕੰਮ ਕਿੰਨੇ ਆ ਜੇ ਕਰੇ, ਤੈਨੂੰ ਤਾਂ ਵੇਲੇ ਨੂੰ ਆ ਗਿਆ ਅੱਗੇ ਧਾਰਾਂ ਕੱਢਣੀਆਂ। ਓ ਮਾਂ ਮੈਨੂੰ ਨੀਂਦ ਆਈ ਆ, ਦਿਮਾਗ ਨਾ ਮੇਰਾ ਖਾ, ਮੈਨੂੰ ਹੋਰ ਸੌਂ ਜਾਂਦੇ, ਮੈਂ ਆਪੇ ਵਗ ਜਾਵਾਂ ਫੇਰ। ਬੇ ਚਾਹ ਦੀ ਘੁੱਟ ਪੀ ਲੈ, ਉੱਠ ਕੇ ਆ ਜਾ, ਆ ਪੀਣਾ ਪੈ ਜਾ, ਜਾ ਤੇ ਬਾਈ ਸ਼ਰਮ ਲਾ ਰੱਖੀ ਐ। ਲਹੂ ਪੀ ਲੈ ਬੁਰੀ ਨੀਂਦ, ਮਾਂ ਅੱਖਾਂ ਲੈ ਉੱਠਣੀ ਪਊ ਯਾਰ, ਕਿ ਨਾ ਆਇਆ ਪੇਟ ਬਾਰੇ ਕਿਹੜਾ ਬਾਰੇ। ਚੱਲ ਉੱਠ ਲੈ, ਉੱਥੇ ਜਾ ਕੇ ਸੌਂ ਜਾ, ਉੱਥੇ ਜਾ ਕੇ ਆ ਗਿਆ, ਆ ਗਿਆ ਮਾਂ, ਲੈ ਚਾਹ ਦੇ। ਆਓ ਪਈਆ ਪੀ ਲੈ। ਬੇ ਗੱਲ ਸੁਣ, ਕਿੱਧਰ ਜਾਣਾ ਐ, ਆ ਮੂੰਹ ਤਾਂ ਧੋਲਾ, ਮਣ ਮਣ ਗਿੱਡਾ ਲੱਗੀਆਂ ਪਈਆਂ। ਉਹ ਸ਼ੇਰਾਂ ਦੇ ਪੁੱਤ ਦੇ ਮੂੰਹ ਕਿਥੇ ਧੋਤੇ ਹੁੰਦੇ ਮਾਂ। ਲੈ ਦੇਖ ਕੀ ਅੰਤ ਆਉਂਦਾ ਸ਼ੇਰ ਦਾ, ਨਾਲੇ ਗੱਲ ਸੁਣ ਮੇਰੀ, ਨਾਲੇ ਤਾਂ ਸਬਜ਼ੀ ਲਿਆਈ ਤੇ ਨਾਲੇ ਉਹ ਤਾਂ ਪੈਸੇ ਲਿਆਈ ਦੁੱਧ ਵਾਲੇ ਤੋਂ, ਤੇ ਨਾਲੇ ਪੂਰੇ ਲਿਆਈ, ਪਿਛਲੀ ਵਾਰੀ 1000 ਰੁਪਇਆ ਘੱਟ ਲਿਆ ਸੀ। ਉਹ ਤਾਂ ਬੀਬੀ ਤੂੰ ਦਿੰਦੀ ਨਹੀਂ, ਜੇ ਮੈਂ ਕੁੰਡੀ ਲਾ ਲੈਣਾ ਫਿਰ ਹੋਰ ਕੀ ਕਰਾਂ, ਕੁੰਡੀ ਲਾਉਣੀ ਪੈਂਦੀ ਆ, ਜੋ ਤੂੰ ਦਿੰਦੀ ਉਹ ਤਾਂ ਦਿੰਦੀ ਨਹੀਂ, ਖਰਚਣ ਨੂੰ 2 ਰੁਪਏ ਵੀ। ਆਹੋ ਦੇਵਾਂ ਤੈਨੂੰ ਖਰਚਣ ਨੂੰ ਵਿਹਲੇ ਨੂੰ, ਆ ਖਾਣੇ ਕਿੱਥੋਂ ਘਰਾਂ, ਨਾਲੇ ਗੱਲ ਸੁਣ, ਆ ਕੱਛਾ ਜਿਹਾ ਪਾ ਕੇ ਨਾ ਵਗ ਜੀ, ਲੋਰ ਪਾ ਕੇ ਜਾਈ, ਇਹ ਜਲੂਸ ਕੱਢ ਰੱਖਿਆ ਇਹਨੇ, ਮੈਂ ਆਹ ਕੰਮ ਕਰ ਲਾ। ਸਾਰਾ ਦਿਨ ਤਪਾਉਂਦੇ ਨੇ ਇਹ, ਸਾਰਾ ਦਿਨ ਨਹੀਂ ਤਪਾਉਂਦੇ ਆ। 4 ਵਜੇ ਦੀ ਉੱਠੀ ਆ, ਥੱਕ ਜਾਨੀ ਆ, ਸਾਰਾ ਦਿਨ ਅੱਡੀ ਨਹੀਂ ਲੱਗਦੀ, ਚੱਲ 10 ਮਿੰਟ ਮੈਨੂੰ ਆਏ ਆ, ਜੇ ਇਹਦਾ ਕੋਈ ਬੰਨ ਸੁਭ ਬਣ ਜੇ, ਵਿਆਹ ਹੋ ਜੇ, ਚੱਲ ਕੰਮ ਨਹੀਂ। ਆਏ ਕੌਣ ਹੈ, ਆਏ ਹਾਏ, ਨਹੀਂ ਆ ਜਾ ਭੈਣੇ, ਬਹਿ ਜੇ ਭੈਣੇ, ਮੈਂ ਪਛਾਣਿਆ ਨਹੀਂ ਤੁਹਾਨੂੰ। ਤੂੰ ਮੈਨੂੰ ਫਿਰ ਕੀ ਪਛਾਣੇ, ਆਪਾਂ ਕਿਹੜਾ ਕਿਤੇ ਮਿਲੀਆਂ। ਹਾਂ ਭੈਣੇ, ਮੈਨੂੰ ਤਾਂ ਨਾ ਉਹ ਵੀਰੇ ਵਾਲੀ ਗੁੱਡੀ ਨੇ ਦੱਸ ਪਾਈ ਸੀ, ਕਹਿੰਦੀ ਉਹ ਰਿਸ਼ਤਾ ਲੈਣ ਨੂੰ ਕਹਿੰਦੀ ਆ ਮੁੰਡੇ ਨੂੰ। ਅੱਛਾ, ਹਾਂ ਭੈਣੇ, ਰਿਸ਼ਤਾ ਤਾਂ ਅਸੀਂ ਲੈਣਾ ਹੈ ਮੁੰਡੇ ਨੂੰ। ਮਾਏ ਕਰਾਉਣੀ ਆ ਰਿਸ਼ਤੇ ਭੈਣੇ। ਅੱਛਾ, ਤੇ ਮਾਏ ਆਖਿਆ, ਉਹ ਮੈਨੂੰ ਕਹਿੰਦੀ ਵੀ ਐਂ ਜੇ ਕਰਕੇ, ਕਹਿੰਦੀ ਨਿਰਾਲੀ ਕੋਠੀ ਆ, ਤੂੰ ਕੱਲੀ ਵਗ ਜਾਏਗੀ, ਉਹਨੂੰ ਨਾਲ ਆਉਣ ਦਾ ਟਾਈਮ ਨਹੀਂ ਸੀਗਾ, ਨਹੀਂ ਤਾਂ ਮੈਂ ਉਹਨੂੰ ਨਾਲ ਵੀ ਲਿਆਉਂਦੀ। ਤੁਸੀਂ ਵੀਰੇ ਵਾਲੇ ਤੋਂ? ਹਾਂ ਭੈਣ ਜੀ, ਵੀਰੇ ਵਾਲੇ ਤੋਂ। ਅੱਛਾ ਚੱਲ ਬਹਿ ਜਾ ਭੈਣੇ, ਫਿਰ ਮੈਂ ਪਾਣੀ ਲਿਆ ਕੇ ਦਿੰਦੀ ਹਾਂ ਤੈਨੂੰ। ਲਿਆ ਪਾਣੀ ਨੀ ਲੈ ਭੈਣੇ, ਗਰਮੀ ਤਾਂ ਬਥੇਰੀ ਪਈ ਜਾਂਦੀ ਘਰੇ, ਹੁਣ ਅੱਗੇ ਤਾਂ ਤੁਰੇ ਫਿਰਦੇ ਸੋਹਲ ਹੋ ਗਏ, ਤੇ ਆਹਾ ਬਾਠ ਨਾ ਇੰਨਾ ਤੇ ਦਮ ਪੱਟਿਆ ਜਾਂਦਾ। ਨੀ ਭੈਣੇ, ਉਹ ਜਾਨਾਂ ਵੀ ਨਹੀਂ ਰਹੀਆਂ ਤੁਰਨ ਫਿਰਨ ਵਾਲੀਆਂ, ਪਹਿਲੇ ਹੀ ਸੀ ਜਿਹੜੇ ਇੰਨੇ ਨੇ ਕੰਮ ਕਰਦੇ ਸੀ, ਐਡੀ ਦੂਰ ਤੁਰ ਕੇ ਖੇਤਾਂ ਵੱਲ ਲੈ ਕੇ ਜਾਂਦੇ ਸੀ, ਹੁਣ ਤਾਂ ਕਰੀਏ ਕੀ ਬਸ। ਹਾਂ ਹੋਰ ਭੈਣ ਜੀ, ਪਰਿਵਾਰ ਕੀ ਆ ਤੇਰੇ? ਪਰਿਵਾਰ ਤਾਂ ਭੈਣੇ ਬਸ ਅਸੀਂ ਮਾਂ ਪੁੱਤੀ ਆ। ਅੱਛਾ, ਹੋਰ ਤਾਂ ਬਾਹਲਾ ਤਾਂ ਪਰਿਵਾਰ ਹੈ ਨਹੀਂ ਸਾਡੇ। ਆਪ ਫਿਰ ਭਾਜੀ? ਆਪ ਤਾਂ ਉਹ ਮੁੱਕ ਗਏ ਸੀ। ਅੱਛਾ ਹਾਂ, ਤੇ ਫਿਰ ਕਿਹੋ ਜਿਹਾ ਰਿਸ਼ਤਾ ਭਾਲਦੀ ਆ, ਕੁੜੀ ਕਿਹੋ ਜਿਹੀ ਭਾਲਦੀ ਆ? ਕੁੜੀ ਤਾਂ ਭੈਣ ਜੀ ਚੱਲ ਵਧੀਆ ਹੋਵੇ, ਸਿਆਣੀ ਹੋਵੇ, ਘਰੇ ਕੰਮ ਕਾਰ ਵਾਲੀ ਹੋਵੇ। ਹਾਂ ਫਿਰ ਭੈਣ ਜੀ, ਆਪਾਂ ਤਾਂ ਮੈਂ ਤਾਂ ਜਿੰਨੇ ਕਰਾਏ ਆ ਕਿਸੇ ਦਾ ਲਾਂਭਾ ਨਹੀਂ ਆਇਆ ਕਦੀ, ਮੈਂ ਬਹੁਤ ਹੀ ਵਧੀਆ ਰਿਸ਼ਤੇ ਕਰਾਉਣੀ ਆ, ਤੇ ਜਿਹੋ ਜਿਹਾ ਤੂੰ ਆਖੇਂਗੀ ਕੁੜੀ, ਉਹੇ ਜੀ ਨਿਗਾਹ 'ਚ ਕਰੀ ਬੈਠੀ ਆ ਮੈਂ। ਬਸ ਭੈਣੇ, ਮੈਨੂੰ ਤਾਂ ਸਿਆਣੀ ਚਾਹੀਦੀ ਆ, ਘਰੇ ਕੰਮ ਕਾਰ ਵਾਲੀ ਚਾਹੀਦੀ ਆ, ਆਪਾਂ ਹੋਰ ਬਸ ਕੀ ਕਰਾਉਣਾ, ਕੋਈ ਲੈਣ ਦੇਣ ਦੀ ਨਹੀਂ ਆਪਾਂ ਨੂੰ ਤਾਂ, ਡੱਕਾ ਨਹੀਂ ਚਾਹੀਦਾ ਆਪਾਂ ਨੂੰ ਤਾਂ। ਠੀਕ ਹੈ ਭੈਣ ਜੀ, ਆਪਦੀ ਧੀ ਨੂੰ ਕੱਖ ਦੇਣ ਚਾਹੇ ਲੱਖ ਦੇਣ, ਉਹ ਆਪਦੀ ਧੀ ਨੂੰ ਦੇਣ, ਅਸੀਂ ਨਹੀਂ ਮੂੰਹ ਮੰਗ ਕੇ ਲੈਣਾ। ਤੇ ਮੁੰਡੇ ਦੀ ਉਮਰ ਕਿੰਨੀ ਕੁ ਹੋਊਗੀ? ਮੁੰਡੇ ਦੀ ਉਮਰ ਤਾਂ ਹੈਗੀ ਹੈ 27-28 ਸਾਲਾਂ ਦੀ। ਫਿਰ ਤਾਂ ਬਸ ਤੁਹਾਡਾ ਮੇਲ ਮਿਲੇ ਹੀ ਪਿਆ। ਅੱਛਾ, ਹਾਂ ਬਸ ਠੀਕ ਹੈ ਫਿਰ। ਹਾਂ ਓਡੀ ਕੁੜੀ ਆ, ਬਸ ਠੀਕ ਹੈ ਫਿਰ, ਬਸ ਮੈਨੂੰ ਉਮਰ ਦਾ ਹੀ ਸੀ ਨਾ, ਉਮਰ ਤਾਂ ਮੁੰਡੇ ਦੀ ਇੰਨੀ ਆ, ਬਸ ਆਈ ਮੈਂ ਕਿਹਾ ਚੱਲ ਕਰਾ ਲੂੰ ਬੇਬੇ, ਕਰਾ ਲੂੰ ਬਸ ਆਈ, ਛੋਟੇ ਜਿਹੇ ਦਾ ਕੀਤੇ ਨੇ ਕੀ ਆ, ਕਹਿੰਦਾ ਐਡੀ ਛੇਤੀ ਕਰਾਉਣ ਨੂੰ। ਤੇ ਫਿਰ ਤੁਸੀਂ ਕਦੋਂ ਦਿਖਾਓਗੇ ਕੁੜੀ, ਕਦੋਂ ਗੱਲਬਾਤ ਕਰੋਗੇ? ਮੇਰੇ ਵੱਲੋਂ ਤਾਂ ਭੈਣ ਜੀ ਤੂੰ ਭਮਾ ਸਵੇਰੀ ਹੀ ਦੇਖ ਲਾ। ਚੱਲ ਆਇਆ ਭੈਣੇ, ਮੈਂ ਘਰੇ ਰਾਏ ਕਰ ਲੂੰ ਮੁੰਡੇ ਨਾਲ, ਚੱਲ ਹੋਰ ਵੀ ਆਪਦੇ ਭੈਣ ਭਾਈਆਂ ਨਾਲ ਜਿਹਦੇ ਨਾਲ ਕਰਨੀ ਉਹਦੇ ਨਾਲ ਰਾਏ ਕਰ ਲਾਂਗੇ, ਉਹ ਜ਼ਰੂਰੀ ਹੈ। ਹਾਂ ਤੇ ਮੈਂ ਦੱਸ ਦੂੰਗੀ ਤੁਹਾਨੂੰ, ਸ਼ਾਮ ਨੂੰ ਦੱਸ ਦੂੰਗੀ ਸਵੇਰ ਕਿਹਨੂੰ ਆਇਆ, ਸਾਰੀ ਗੱਲਬਾਤ ਕਰਕੇ। ਠੀਕ ਹੈ ਠੀਕ ਹੈ, ਤੇ ਹੋਰ ਮੈਂ ਚਾਹ ਬਣਾਉਣੀ ਆ, ਚਾਹ ਪੀ ਕੇ ਜਾਇਓ। ਨਹੀਂ ਭੈਣ ਜੀ ਚਾਹ ਨਹੀਂ ਮੈਂ ਪੀਂਦੀ, ਹੋਰ ਮੈਂ ਨਾ ਅੱਗੇ ਪਿਛਲੇ ਉੱਥੇ ਗੁੱਡੀ ਕੋਲ ਪੀ ਆਈ। ਕੋਈ ਠੰਡਾ ਠੁੰਡਾ ਮੰਗਾ ਦਿੰਦੇ ਨਾ? ਨਾ ਨਾ, ਕਾਸੇ ਦੀ ਲੋੜ ਨਹੀਂ, ਜਿਉਂਦੀ ਰਹਿ, ਤੇ ਬਸ ਤੂੰ ਇੰਨੀ ਗੱਲ ਬਸ ਮੈਨੂੰ ਅੱਥਣ ਪਤਾ ਕਰ ਦੇ, ਬਸ ਮੇਰਾ ਆਹ ਕੰਮ ਕਰ ਦੇਂਗੇ ਨਾ, ਬਾਹਲੀ ਵਧੀਆ, ਮੈਂ ਤਾਂ ਨਾ ਥੱਕ ਜਾਨੀ ਹੁਣ, ਕੰਮ ਕਰ ਕੀ ਪਈ ਸੀ, 10 ਮਿੰਟ ਮੰਗਾ ਢੂਹੀ ਸਿੱਧੀ ਕਰ ਲਾਂ, ਤੇ ਪੁੰਨੀ ਖੱਟ ਲਉਂਗੇ, ਔਖਾ ਹੋ ਜਾਂਦਾ ਬਹੁਤ, ਹੋਰ ਕੰਮ ਕਰਨਾ ਬਹੁਤ ਔਖਾ। ਹਾਂ ਚੱਲ ਚੰਗਾ ਭੈਣ ਜੀ, ਫਿਰ ਚੰਗਾ ਭੈਣ ਜੀ, ਠੀਕ ਹੈ, ਚੱਲ ਮਿਲਦੇ ਆ ਆਪਾਂ ਫਿਰ, ਹੈ ਹਾਂ ਕੋਈ ਨਾ, ਮੈਨੂੰ ਪਤਾ ਕਰਕੇ ਚੰਗਾ ਮੈਨੂੰ ਦੱਸ ਦੇ, ਠੀਕ ਹੈ ਲੈ।
चला तो वधिया गल हुई, आप दी आप ही घरे आ गई, कहिंदी रिश्ता नाले कुड़ी भी ओहे जी है, कुड़ी भी सियाणी है, चल वधिया नहीं। हाय हाय मैं सौखी हो जूंगी, चल चंगा करूंगी हैप्पी नाल गल। नहीं आ नहीं गगन। किवें चाची? नहीं ठीक है पुत, होर तू दस? वधिया ठीक है। होर नवी बहू दे दर्शन पवा दे मैनू। नहीं नवी बहू दी तैनू की दसां भैणे, ओ तां अंदरों नहीं निकलदी, ओहो जिहा मुंडा तरपाई करी जांदी, ओहनू कहिंदी जां मैं कर दिंनी आ। नहीं चल कर लैनी है धीए, ओहनू की कहदा जे कोई गल सुणे फेर ही है, ओह तां जिद्दन दी ब्याह के लियाई है, ओहने तां निकलना ही की है, मां दी धी ने आ हैप्पी भी नहीं निकलदा। अच्छा माड़ी गल है तां तुहाडे जवाकां दी भाई, गोहा देख ला अगे गोहा हटा दंदा सारा कुछ, वो मैं करा ना करा ना, खेत गेड़ा मारन जावे अंदरों ही निकलदा, पता ही नहीं की गल है की ना। नहीं की गल है, थोड़ा मुंडा जी दो मिल नहीं करना आए से, ये तो उदो कलेस पा के बह गया से कि मैं नहीं तोड़दा मैं नहीं तोड़दा। नहीं मैं तो फिक्र लगा है कल नु ओदे भरा भरजाई ने आना ते की पता तोड़ूगा कि ना। चल हुण तां तोड़ दूगा, कहिंदे हुंदे नवें ब्याह दा चाही केड़ा कुछ होर हुंदा, इह तां मोती चूर दा लड्डू आ, जिन्हें खा लिया के ओह भी पछताउंदा ते जिन्हें नहीं खादा उहने तां पछताउणे पछताउणा भी, ब्याह करा के खाणी की हो जांदा। नहीं केड़ा नहीं है, मेरे आले तां बड़ा कमला है। हैं बे हैप्पी, बे हैप्पी तेरी भाभी आई है, बे गगन बाहर निकलिया, बे मैं डुबड़िया गल ही नहीं सुनदा, नहीं भैने मेरा तो सिर दुखन ला दंदा गगन, की करा दस बस खा लिया पका लिया बह गए। चल वो तो बेचारी बगानी धी नूं आपां की कहांगे, नवीं आई है हना, इहनूं चाहीदा मूंह। नहीं उहनूं मैं की कहां, जे उहनूं कहनी है जदों आपदा ही कलाशना माड़ा है, हां उहनूं मैं की कहां, मैं तां कुछ नहीं कह सकदी भाणे। नवीं नवीं नूं भाई काणो कुछ कहणा, जदों आपदे घरे सोहणी रसू बसूगी, तीनों दिन आपां भेत आ जू उहनूं, या आंढी गुआंढी आउंदे आ, कुछ नहीं कहिंदी, उह तां बोलदी नहीं। अच्छा। मैं उन्हों बगानी थी नू करा, आपदा ही माड़ा है। हाँ। बे हैप्पी तू बुलाई ले, अगे मैनू इन्ने मजाक कर जांदा भी भाभी आई है जां आए आई है, हुण तां भैण दा वीर अंदर ही कोई आवे, परसों ना आ गई गरमेलो मेरे कोले। अच्छा वो आ गई, कुड़ा की करी जानी है, कुड़ा हैप्पी नहीं दिखता है, उन्हें खेत ना खेत साड़ी बट है। हाँ, समझ है उठे बग जाए सारा दिन, कुड़ा कई दिन हो गए खेत ही नहीं गेड़ा मारे हैप्पी ने। नहीं मैं की दसा तेन, ब्याह होया? हाँ ब्याह होया, अगे अन्ने घर छन्ना नदीदे घर छन्ना सारा टब्बर अन्ना, वो गल हो रही ओदी तां नहीं पुछना भैने। हाँ बिल्ली नहीं कहिंदे हुंदे, देख के कबूतर बिल्ली नूं अखां मीच लैंदा, वो गल है भी हुण तां हैप्पी नूं देख के आपां अखां मीच लिया करो भी, बैठा तो बैठा रहिण दे। बे हैप्पी नहीं दुध आलिया के पैसे लियाने, किन्ने दिन हो गए कहते भाई दुध आलिया के पैसे फड़ लिया, दुध आलिया के पैसे फड़ लिया, दस अगला फिर मुकर जूगा भी तुसी टाइम ते नहीं आए भी फेर देवांगे। जां तां उन्हां ने टीवी दी आवाज उच्ची कर रखी होगी, जां ओह गल्ली लग रहे होणगे, जां ऐ नहीं पता भी सौंगे हुण हणा बैठे बैठे अंदर, पता ही नहीं। बे हैप्पी कानू सुनदा है बे, डुबड़िया गल सुन ला, नहीं की करिए भैन चाची कोई ना, होर तू सुना जा कर उधर मारया कर, बिंद झट इत्थे कल्ली बैठी है। नहीं की करां धीए मैं आ काम धंधा करदी आ, फिर तेन पता नवी नवी बहू है, कोई घरे आ कर जांदा औखा हो जांदा, छड्ड के भी नहीं जाया जांदा, तां करके नहीं जांदी मैं। हुंदा जेड़ा ओदा गप छप मारी जांदे मारी जाया करदे, दुपहरे उधर आ जाया कर, इन्हां नूं कुंडा ला के नहीं की करा, फिर पशुआं दा औखा, पानी धानी पिआउणा, सौ करना चाह बस बनाउणी, किथे निकलण जोगी नहीं मैं तां। हां औखा हो जांदा जे चल ए आपदी घुट आप चाह करके पी लैण, फिर भी ओह चाह भी नहीं करदे। ते बागी नानी रही ने है? नहीं ओह तां बागी ਹੁਣ ਉਹ ਐਂ ਕਹੂਗੀ, ਉਹ ਤਾਂ ਕਹਿੰਦੀ ਸੀਗੀ ਜਦੋਂ ਸੁੱਖੀ ਨੇ ਮੁੰਡਾ ਵਿਆਹ ਲਿਆ ਤੇ ਮੇਰੇ ਕੋਲ 10 10 ਦਿਨ ਲਾ ਕੇ, ਹੁਣ ਮੈਂ ਦੱਸੂ ਵੀ ਨਾਨੀ ਇਹ ਨਹੀਂ ਲਾ ਕੇ ਆਉਂਦੀ, ਹੁਣ ਕਹਿ ਦੂ ਕਿ ਘਰੇ ਬਹੂ ਆ ਫਲਾਨਾ, ਤੇ ਗੱਲ ਤਾਂ ਉਹੀ, ਉਹ ਤਾਂ ਅੱਗੇ ਕਹਿ ਦਿੰਦੇ ਆ, ਕਹਿ ਦਿੰਦੀ ਜਦੋਂ ਮੈਂ ਹੈਪੀ ਵਿਆਹ ਲਿਆ ਸੌਖੀ ਹੋ ਜਾਊਂਗੀ, ਸੌਖੀ ਹੋ ਜਾਊ। ਨਹੀਂ ਆ ਤੂੰ ਤਾਂ ਉਦੋਂ ਵੀ ਔਖੀ ਹੋ ਗਈ, ਤੇ ਸੱਚੀ ਗੱਲ ਉਹਦੀ, ਮੈਂ ਤਾਂ ਉਦੋਂ ਵੀ ਔਖੀ ਹੋ ਗਈ, ਹੁਣ ਵਿਆਹ ਕਰਕੇ ਬੈਠੇ ਨੇ ਕੀ ਕਰਾਂ। ਚੱਲ ਨਹੀਂ ਜਾਏ ਨੂੰ ਖਾਵੇ ਆਪੀ, ਜਦੋਂ ਕੋਈ ਰੱਬ ਨੇ ਸੋਹਣੀ ਸੁਣ ਲਈ ਕੋਈ ਜਵਾਕ ਜੱਲਾ ਹੋ ਗਿਆ ਆਪੀ ਉਹ ਹੋ ਜਾਊਗਾ। ਨਹੀਂ ਚਾਚੀ ਮੈਂ ਕੁਝ ਪਾਣੀ ਪੀ ਕੇ ਆਉਣੀ ਆ, ਨਾਲੇ ਤੈਨੂੰ ਲਿਆ ਕੇ ਦੇਣੀ। ਚੰਗਾ ਹਾਂ ਹਾਂ ਸਿਰ ਚ ਹੁਣ ਤਾਂ ਆਰਾਮਦਾਰੀ ਆ ਗਈ ਜੀ, ਮੈਨੂੰ ਐ ਲੱਗਦਾ ਜਿਵੇਂ ਮੰਮੀ ਬਾਜਾ ਮਾਰੀ ਜਾਂਦੀ। ਓ ਮੰਮੀ ਤਾਂ ਮਾਰੀ ਜਾਊ ਬਾਜਾ, ਉਹ ਕਹਿੰਦਾ ਬਾਜਾ ਮਾਰਨ ਤੋਂ ਬਿਨਾ ਕੰਮ ਹੀ ਨਹੀਂ ਹੋਰ ਕੋਈ, ਕੋਈ ਕੰਮ ਨਾ ਹੋਵੇ ਬੜਾ ਜ਼ਰੂਰੀ, ਉਹ ਕੋਈ ਕੰਮ ਨਹੀਂ ਉਹਨੂੰ। ਆ ਵੇਖੋ ਜੀ ਗਲਾਸ ਵੀ ਖੜ ਕੇ ਰਸੋਈ ਚ, ਉਹ ਭਾਬੀ ਹੋ ਮੇਰੀ ਗਗਨ, ਉਹ ਆਪੇ ਪਾਣੀ ਪੀ ਲੂ ਬੇਫਿਕਰ ਰਹਿ। ਆ ਦੇਖ ਲੈ ਹੁਣ ਮੰਮੀ ਬੋਲ ਮਾਰੀ ਜਾਂਦੀ ਹੈ, ਇਹਦਾ ਤਾਂ ਕੰਮ ਹੀ ਹੈ। ਇੱਕ ਮੇਰੀ ਗੱਲ ਸੁਣਾ, ਹਾਂਜੀ ਤੈਨੂੰ ਕੱਲ ਠੀਕ ਆ, ਨਹੀਂ ਮੈਂ ਤਾਂ ਰੋਣ ਲੱਗ ਜੂ, ਮੈਂ ਤਾਂ ਪਿੱਛੇ ਭੱਗ ਜੂ, ਮੈਂ ਤਾਂ ਜਾਣਦੀ ਆ ਫਿਰ ਮੈਨੂੰ ਆਦਾ ਆਪ ਉੱਥੇ ਉਹਨੇ ਦਿਨ ਉੱਥੇ ਰਹੂਗਾ। ਲੈ ਜੀ ਤੁਸੀਂ ਮੇਰਾ ਉਹਦੇ ਮੈਨੂੰ ਅੱਗੇ ਮੈਨੂੰ ਫੇਰ ਜਲੂਸ ਕੱਢੋਗੇ? ਮੈਨੂੰ ਨਹੀਂ ਪਤਾ ਜਲੂਸ ਜਲੂਸ ਤਾਂ ਮੇਰਾ ਨਹੀਂ ਜੀ ਲੱਗਦਾ, ਠੀਕ ਆ ਨਹੀਂ ਜੇ ਤਾਂ ਤੂੰ ਕਹੀ ਮੈਂ ਤਾਂ ਨਾਲ ਹੀ ਭੱਗ ਜੂਗਾ, ਫਿਰ ਆਪਦਾ ਹਿਸਾਬ ਲਾ ਲੈ, ਤੇ ਮੰਮੀ ਕਹੂਗੀ ਤੇ ਤੂੰ ਜਵਾਬ। ਓਏ ਨਾ ਮੈਂ ਉਹਨੇ ਮੇਰੇ ਨਾਲ ਕੀ ਗੱਲ ਕਰਨੀ ਸੀ? ਇਹ ਗੱਲ ਸੁਣ, ਅਗਲੀ ਆਈ ਹੈ
कह दूगी ब्याह करा के अंदर ही बैठा है, सारे पिंड च डोंडी पिटूगी। कोई गल नहीं, जे तेन आवाज मारती से तू बाहर आ जाता। मां यार मैं आ जाऊ, आप ही आ जाऊ, तू बग जा करा, आपे बग जूगी, कुछ नहीं गल करनी मेरे ना। तुसी इन्ना रुखा का तो बोलदे हो जी। रुखा का दा है, तू अड होरी मरी नहीं है। ना मेरी गल सुन, ओ गोहा सारा हटाउन वाला पिया, पशुओं नु पानी दे आ धर दे, माड़ा मोटा खेत जाया। तू तो जिदन दा ब्याह होया अंदरों ही नहीं निकलता। कोई ना हटाने। मम्मी जी इन्हां दा ना सिर दुखी आंदा सी, मैं इन्हां नू कहां तुसी दवाई लेके पै जाओ। एक रात नू फोन वध दे। नीति ए तू इहदियां गल्लां च ना, मैनू पता इहदा सारा बहाने खोरदा। ये पहले दिन ही यह जाए माड़ी जी गल होती बहाना ला के पै जाता। मैं ता कल नू वीरे वर्गियां दे नाल जाऊं, हुण ता चल तुसी बोली आने हो। मत्था मार के मेरी मां ने, हुण तू लग जा। लै जी हुण फिर वीरे वर्गे आउणगे, मैं आपे जवाब दे दूं, तैनू बोलण दी लोड़ नहीं। मैं आपे बहाना ला दूंगी, आप ही ला दूंगा। चल ठीक है जी, मैं ना मम्मी वर्गे नु चाह बना के दे दा, नाले गोहा टाले मैं, तुसी पै जाओ रेस्ट कर लो। चाह बना के आ जी। कोई ना जी, आ जूंगी। हां उरी आ जी। ले चाह बनाई लवा। हाय शशि का दीदी। शशि काल किवें? मैं चाह बनाउंदी सी जी, मेनू पता लग गया सी वी तुसी आए होए हो। अच्छा मैं ता ना तैनू एक गल कहनी आ। हां जी। ओ तेरी सस बेचारी ता हुण तेरी मां गी वी हुण ता कहंदी नु गल हणा आप संग लगदी आ। चल भाई तू भी बगानी थी, आपके घरे रसें बसें की सारी उम्र रहना भी इत्थे है ना। हां जी। मैं तां तैनूं ऐ समझाउणी आ, नहीं तां मैं तुहाडी गवांढण आ, नाले मैं तेरे ताई दी नूं लगदी आ वड्डी, ते मैं तेरी भाभी लगदी आ, जठाणी लगदी आ। हां जी, ऐ तां मैनूं हैप्पी दसदे सी, कहिंदे भाभी आप ही चाह पानी बना लैंदी आ। हां मैं इधर आ के बना लैंदी हुंदी, मैनूं ऐ हुंदा चाची पहलां कल्ली सी, तां एड्डा ढीट सी, जे खेत जा के बहि जांदा ना सारा सारा दिन नहीं मुड़दा सी। जे घरे आ जांदा ते मम्मी मेरा सिर दुखदा, भाभी मैनूं गोली दे दे, भाभी मैनूं ऐ कर दे, इहनूं तां आदत आ लेजी होने की भी सारा दिन प्यार वा। मेरी गल सुन, आप तेन अंदर बिठाई रखूगा, तेन माड़ी पवा दूगा, बिखनी बहु अंदर मुंडे नु लेके बैठी रहती है। तू माड़ा मोटा उन्होंने टाल के ना कम धंधा कर लिया कर, बेदे चार चाची को बह जा कर। ਪਿਤਾ ਜੀ ਮੈਂ ਤੁਹਾਨੂੰ ਗੱਲ ਹੋਰ ਦੱਸਦੀ ਆ, ਵੀਰੇ ਵਰਗਿਆਂ ਨੇ ਕੱਲ ਨੂੰ ਆਉਣਾ। ਚੱਲ ਵਾਲੀ ਵਧੀਆ ਗੱਲ ਆ। ਤੇ ਕਹਿੰਦਾ ਮੈਂ ਤੈਨੂੰ ਨਾਲ ਨਹੀਂ ਜਾਣ ਦੇਣਾ। ਉਹੀ ਗੱਲ ਜਿਹੜਾ ਮਿਲਣੀ ਵੇਲੇ ਸਿਆਪਾ ਪਾਇਆ ਸੀ ਵੀ ਮੁੰਡਾ ਰੋਂਦਾ ਖਣੀ ਬਹੂ ਨੇ ਕਹਿਤਾ ਹੋਊਗਾ ਮੈਂ ਨਹੀਂ ਜਾਣੀ, ਤੇਰਾ ਬਦਨਾਮ ਕਰਾਤਾ ਸੀ, ਹੁਣ ਤੇਰਾ ਹੀ ਕਰੂਗਾ। ਹਾਂਜੀ, ਤਾਂ ਹੁਣ ਵੀ ਐਂ ਲੱਗਦਾ ਵੀ ਕਿਤੇ ਹੁਣ ਫੇਰ ਨਾ ਜਲੂਸ ਕੱਢ ਦੇ। ਜਲੂਸ ਭਾਈ ਹੁਣ ਨਵਾਂ ਨਵਾਂ ਵਿਆਹ ਹੈ, ਅਗਲੇ ਨੂੰ ਵਿਆਹ ਦਾ ਵੀ ਚਾਹ ਦਾ ਹਨਾ, ਗੱਲਾਂ ਬਾਤਾਂ ਦਾ ਚਾਹ ਹੁੰਦਾ ਵੀ ਬੈਠੇ ਆ। ਚੱਲ ਬਿੰਦ ਛੱਡ, ਬਾਕੀ ਫਰੀ ਦਾ ਜਿਹੜਾ ਸਿਰ ਮੰਡਦੀ ਹੋਏਗੀ। ਨਹੀਂ ਦੀਦੀ ਉਹ ਗੱਲ ਅਲੱਗ ਹੈ ਵੀ ਅੱਜ ਤਾਂ ਇਹਨੂੰ ਵਿਆਹ ਦਾ ਚਾਹ ਹੈ, ਕੱਲ ਨੂੰ ਇਹ ਜਿਹਾ ਬੰਦਾ ਗੱਲ ਵੀ ਨਹੀਂ ਖਵਾਉਂਦਾ ਹੁੰਦਾ, ਫਿਰ ਇੱਕਦਮ ਹੀ ਪਛਾਣ ਕਰ ਦਿੰਦਾ ਹੁੰਦਾ। ਚੱਲ ਨਹੀਂ ਕਰਦਾ, ਸੁੱਖ ਨਾਲ ਹਜੇ ਨਵੇਂ ਨਵੇਂ ਵਿਆਹ ਹੋਏ, ਇਹੋ ਜਿਹੀਆਂ ਗੱਲਾਂ ਕਿਉਂ ਕਰਦੇ ਹੋ ਵੀ ਤੁਹਾਡੇ 'ਚ ਫਰਕ ਪੈਣ ਹਨਾ। ਪਰਮਾਤਮਾ ਕਰਕੇ ਜਿਵੇਂ ਸੋਹਣਾ ਖੁਸ਼ ਰਹਿੰਦੇ ਹੋ ਭਾਈ ਐਂ ਰਹਿ ਜਾਓ, ਜਿਨ੍ਹਾਂ ਦੇ ਫਰਕ ਪਏ ਉਹਨਾਂ ਨੂੰ ਪੁੱਛ ਕੇ ਦੇਖ ਵੀ ਸਾਰੀ ਜ਼ਿੰਦਗੀ ਕੱਢਣੀ ਬਿਨਾਂ ਬੰਦੇ ਤੋਂ ਕਿੰਨੀ ਔਖੀ ਹੁੰਦੀ ਹੈ। ਨਹੀਂ ਦੀਦੀ ਪਰ ਇਹ ਗੱਲਾਂ ਦਾ ਮੈਨੂੰ ਵਹਿਮ ਜਿਹਾ ਆਉਂਦਾ, ਬਾਹਲਾ ਮੋਹ ਪ੍ਰੇਮ ਵੀ ਚੰਗਾ ਨਹੀਂ ਹੁੰਦਾ। ਹਾਂ ਗੱਲ ਤਾਂ ਤੇਰੀ ਵੀ ਠੀਕ ਹੈ, ਚੱਲ ਕੋਈ ਨਾ, ਇੰਨਾ ਸੋਹਣਾ ਪਤੀ ਮਿਲਿਆ ਤੈਨੂੰ, ਇੰਨਾ ਚੰਗਾ, ਇੰਨਾ ਮੋਹ ਕਰਦਾ ਤੇਰਾ, ਹੋਰ ਕੀ ਚਾਹੀਦਾ। ਜਿੰਨੇ ਦਿਨ ਹੱਸ ਖੇਡ ਕੇ ਕੱਢਦਾ ਭਾਈ ਕੱਢ ਲੈ, ਜਵਾਬ ਤੋਂ ਬਾਅਦ ਤਾਂ ਆਪੀ ਕੁਤੇ ਕੁਤੇ ਹੋ ਜਾਂਦੀ ਹੈ। ਤੂੰ ਬਰਾਲਾ ਤੂੰ ਚੱਕ ਲੈ, ਫਿਰ ਤਾਂ ਗਾਲਾਂ ਮਿਲਣੀਆਂ ਹੀ ਫਿਰ ਤਾਂ ਗਾਲਾਂ ਮਿਲਣੀਆਂ। ਮੈਂ ਤੁਹਾਡੇ ਵਾਸਤੇ ਚਾਹ ਬਣਾਉਣੀ ਹੈ ਜੀ, ਤੁਸੀਂ ਹਾਂ ਬਣਾ ਲਾ ਘੁੱਟ ਚਾਹ, ਐਂ ਨਾ ਕਹਿਦੀ, ਗੁੱਸਾ ਨਾ ਕਰ ਲਈ। ਨਹੀਂ ਨਹੀਂ ਜੀ, ਉਹ ਮੈਨੂੰ ਚਾਚੀ ਨੇ ਕਹਿਤਾ ਨਾ, ਅਜੇ ਤਾਂ ਜੀ ਮੈਨੂੰ ਵੀ ਨਹੀਂ ਚੰਗਾ ਲੱਗਦਾ, ਮੈਂ ਵੀ ਆਖਿਆ ਕਿਉਂਕਿ ਮੈਂ ਵੀ ਨਹੀਂ ਫਰਕ ਪਾਉਂਦੀ ਭਾਈ, ਸਾਰੀ ਉਮਰ ਬਰਤਨ ਆਂਡਣਾ ਗਵਾਂਡਣਾ, ਆਪੇ ਹੀ ਰਹਿ ਜਾਣਾ ਮੁੜ ਕੇ, ਜੇ ਜਵਾਕਾਂ ਦੇ ਦਾਖਲੇ ਕਰਾਵਾਂਗੇ ਉੱਥੇ ਵਗੀਆਂ, ਸੇਲਾਂ ਚ ਵਗੀਆਂ, ਮੇਲੇ ਤੇ ਵਗੀਆਂ, ਸਾਰੀ ਉਮਰ ਹੀ ਬਰਤਨ। ਇਹ ਜਿਹਾ ਬੰਦਾ ਸੇਲ ਚ ਵੀ ਨਹੀਂ ਜਾਣ ਦਿੰਦਾ। ਚੱਲ ਕੋਈ ਨਾ, ਬਣਾ ਘੁੱਟ ਚਾਹ, ਮੈਂ ਚਾਚੀ ਕੋਲ ਬਹਿਨੀ। ਚੱਲ ਕੋਈ ਗੱਲ ਨਹੀਂ, ਚੰਗਾ ਭਾਈ ਕਰ ਲਾ ਚਾਹ, ਊਂ ਤਾਂ ਨਾ ਬਹੁ ਚੰਗੀ ਆ, ਮੇਰੀ ਗੱਲ ਦਾ ਗੁੱਸਾ ਨਹੀਂ ਕੀਤਾ। ਕਹਿੰਦੀ ਕੋਈ ਨਾ ਭੈਣੇ, ਆਪਣੇ ਹੀ ਵਰਤਣਾ। ਬਾਕੀ ਗੁੱਸੇ ਵਾਲੀ ਕੀ ਗੱਲ ਆ, ਮੈਂ ਇਹੋ ਜਿਹੀ ਕੋਈ ਗੱਲ ਕਹੀ ਨਹੀਂ ਭਾਈ, ਜਿੰਨਾ ਕੋਈ ਸੱਸ ਨੇ ਕਹਿਤਾ ਮੈਂ ਸਮਝਾਤਾ, ਸੱਸਾਂ ਐਂ ਹੁੰਦੀਆਂ ਵਿਚਾਰੀਆਂ, ਮਾਵਾਂ ਨੂੰਹਾਂ ਧੀਆਂ ਨੂੰ ਨਹੀਂ ਕੋਈ ਗੱਲ ਕਰ ਸਕਦੀਆਂ, ਅਸੀਂ ਇੱਕੋ ਜਿਹੀਆਂ। ਚੱਲ ਮੈਂ ਵੀ ਬਾਹਰ ਚਾਚੀ ਕੋਲ ਹੀ ਬਹਿ ਜਾ ਜਾ ਕੇ। ਹਜੇ ਤੱਕ ਸੁੱਤਿਆ ਪਿਆ ਬੇ ਹੈਪੀ, ਬੇ ਹੈਪੀ। ਹਾਂ ਮਾਂ। ਬੇ ਖੜਾ ਹੋ ਜਾ, ਆ ਬਹੂ ਨੇ ਸਾਰਾ ਕੰਮ ਕਰ ਲਿਆ, ਦੇਖ ਲੈ ਚਾਹ ਪਾਣੀ ਸਾਰਾ ਕੁਝ ਬਣਾ ਰੱਖਿਆ, ਤੂੰ ਖੜਾ ਹੋ ਜਾ। ਚੰਗੀ ਗੱਲ ਹੈ ਬਣਾ ਲਿਆ ਉਹਨੇ। ਬੇ ਚੰਗੀ ਗੱਲ ਤਾਂ ਹੈਗੀ ਆ, ਤੇਰੇ ਸਾਲੇ ਤੇ ਤੇਰੇ ਸਾਲੇ ਹਾਰ ਨੇ ਆਉਣਾ ਅੱਜ ਉਹਨੂੰ ਲੈਣ, ਹਰਪ੍ਰੀਤ ਨੂੰ ਲੈਣ। ਲੈਣ ਨਹੀਂ ਆਉਣਾ, ਮੈਂ ਤੇਰਾ ਯਾਰ ਜਨ ਤੋੜਦਾ ਤੋੜਦਾ ਨਹੀਂ ਮੈਂ।
टूट पैना ला अके मैं तोड़दा नी नाले कपड़े बदल ला ला ओए ना लूंगा मैं नू दस की वे लगे मैनू खल लगी है मेरे रिश्तेदार आना की कहणगे दसता ना तू बड़ा ही बड़ा बड़ी जाना मेरे तो भी गल्ला तो की करदा आके तू आ तोड़दी जब मैं इस घर दी मोटा है अच्छा मैं उन्हें भी जवाब दे दा ओ मां मैं आदे साले ना आपे गल कर लूंगा तू ना बड़ा कोई गल कर ए मैं आएदा ही कहंदी भी ले जाओ आएदा मैं कहूंगी भी हैप्पी नु पूछ लो पर मैं गल तो करूंगी कोई ना पर कर ली गल तू और गल करनी तू आज बालने लगाए ना कदे हिंड जी भाई तू ही भाई आदी कुड़ी चर्चा ए मैं नहीं मैं दी हिंड है ना मैं कहूंगी हैप्पी पूछ लो जे हैप्पी तोड़दा भाई ले जाओ पर दो दिन तो मैं कहूंगी भी लेके जान के अगले दो तीन सब्जिया ले आई एक टमाटर पनीर ले आई दो तीन कोई होर ले आई ठीक है ना लिया खड़ा हो जा कोई ना हो जाए खड़ा जुपड़ी नहीं छड़ता की है ना शर्म ला रखी है गर्मी केड़ा थोड़ी एक तो घर भी दूर चल देख दे करे हैगा कोई काल होर पेने ठीक है हाँ भाई ठीक ठाक जी सी कह दी आज भी आंदी बह जाओ चलो आज कोई नहीं पड़ा पानी ले पानी ले पानी पानी पी लो जी दीदी गर्मी इन्नी ज्यादा हुई पी है ना बंद लगी मैं तू ही आऊंगी और गर्मी हो ही वाली गई और पुत्र आ गए सस्रीकाल मासी सस्रीकाल पुत्र और ठीक ठाक पहुंचे बढ़िया बढ़िया तुसी सुनाओ सेहतना किवें है ठीक है और करे अपने सब ठीक है सब ठीक ठाक है और दसो फसल बाड़ी बीजिया को सेहत की हां पुत्र मक बीजता चल बढ़िया ते परौणा किधर गया होया ओ इधर ही गया होगा पुत्र ਬਸ ਆਹੀ ਗੱਲਾਂ ਹੀ ਕਰੀ ਜਾਂਦੇ ਸੀ ਮੈਂ ਕਿਹਾ ਮੱਕੇ ਆ ਬੀਜ ਕੇ ਹੜੇ ਸੀ ਵਿਹਲੇ ਹੋ ਕੇ ਮੈਂ ਚੱਲ ਲਏ ਉਹਨੇ ਹੁਣ ਜਾ ਕੇ ਹੋਰ ਮਾਂ ਮੈਂ ਕਿਹਾ ਚੱਲ 4 ਦਿਨ ਦੇ ਕਿ ਮੈਂ ਵੀ ਸਾਡਾ ਵੀ ਨਵਾਂ ਵਿਆਹ ਹੋਇਆ ਮੇਰਾ ਨਾ ਜੀ ਜਾਣੀ ਲੱਗਦਾ ਮੈਂ ਪੇਕੇ ਜਾ ਹੀ ਕਈ ਦਿਨ ਲਾਈ ਮੈਂ ਤਾਂ 7-8 ਦਿਨ ਮੈਂ ਚੱਲ ਹੁਣ ਹੱਥਾ ਹਰਪ੍ਰੀਤ ਨੂੰ ਲੈ ਆਉਣੇ ਚੱਲ ਪੁੱਤ ਇਹੀ ਹੁੰਦਾ ਧੀਆਂ ਦਾ ਹੈ 2 ਦਿਨ ਇੱਥੇ 4 ਦਿਨ ਇੱਥੇ ਇੰਨੇ ਚੱਲ ਆਪਦੇ ਘਰੇ ਹੋ ਜਾਂਦਾ ਫਿਰ ਕਿੱਥੇ ਨਿਕਲਿਆ ਜਾਂਦਾ ਬਾਕੀ ਐ ਨਾ ਮਾਂ ਜੀ ਜਾਣੀ ਲਾਉਂਦੀ ਹੈਗੀ ਕਹਿੰਦੀ ਚੱਲ ਹੱਫਤਾ ਲਾ ਜੂਗੀ ਉਹਨੂੰ ਵੀ ਪਤਾ ਵੀ ਉਹੀ ਗੱਲ ਵੀ ਜਾਣਾ ਤਾਂ ਹੈਗਾ ਹੀ ਹੈ ਘਰੇ ਬਗਾਨੇ ਆਪਦੇ ਪਰ ਉਹ ਕਹਿੰਦੀ ਹੁੰਦੀ ਚੱਲ ਵਿਆਹ ਹੋਇਆ ਕਹਿੰਦੀ ਲਿਆ ਮਾਮਾ ਧੀਆਂ ਦਾ ਬਰਾਗ ਹੀ ਇਹੋ ਜਿਹਾ ਹੁੰਦਾ ਹਾਂ ਉਹੀ ਤਾਂ ਗੱਲ ਹੈ ਮਸੀ ਠੀਕ ਹੈ ਇੱਕ ਤੀ ਕਹਿੰਦੇ ਹੁੰਦੇ ਸੋਈ ਨਹੀਂ ਘਰੇ ਰੱਖਣੀ ਤੋਰਨੀ ਪੈਂਦੀ ਹੈ ਤੋਰਨੀ ਪੈਂਦੀ ਹੈ ਸਹੀ ਗੱਲ ਆ ਉਹਦਾ ਐ ਸੀ ਬਾਈ ਯਾਰ ਮੈਂ ਨਾ ਮੱਕੀਆ ਬੀਜਣਾ ਵੈਸੇ ਦੋ ਤਿੰਨ ਪਾਣੀ ਦੇ ਵਾਰੀਆਂ ਸੀ ਮੈਂ ਬਾਅਦ ਚ ਮਿਲਾ ਕੇ ਲੈ ਜਾਊਗਾ ਮੇਰੀ ਗੱਲ ਸੁਣ ਹੁਣ ਹਰਪ੍ਰੀਤ ਨੇ ਕਿਹੜਾ ਜਾ ਕੇ ਤੇਰੇ ਨਾਲ ਮੱਕ ਬਜਾਉਣਾ ਹਨਾ ਮੱਕ ਬਈ ਤੂੰ ਬੀਜਣਾ ਫਿਰ ਐ ਆ ਨਾ ਅਸੀਂ ਵੀ ਕੰਮਾਂ ਕਾਰਾਂ ਚ ਉਲਝ ਜਾਾਂਗੇ ਤੇ ਹੁਣ ਮਾਂ ਬਾੜਾ ਕਰੀ ਜਾਂਦੀ ਆ ਚਾਰ ਦਿਨਾਂ ਦੀ ਗੱਲ ਆ ਫਿਰ ਮੈਂ ਹੀ ਛੱਡ ਜੂਗਾ ਜੇ ਤੈਨੂੰ ਆਇਆ ਤਾਂ ਉਹ ਬਈ ਐ ਨਹੀਂ ਗੱਲ ਯਾਰ ਉਹਨਾਂ ਮਾਂ ਫਿਰ ਰਾਤ ਨੂੰ ਪਾਣੀ ਦੇ ਬਾਰੀਆਂ ਦੋ ਤਿੰਨ ਚਾਰ ਲੈਟਾਂ ਆਉਣੀਆਂ ਦੋ ਤਿੰਨ ਦਿਨ ਉੱਥੇ ਨੇਰੇ ਮੈਨੂੰ ਰਹਿਣਾ ਭੁੱਖੇ ਸੀ ਫਿਰ ਮਾਂ ਇਕੱਲੀ ਹੋਇਆ ਕਰੂਗੀ ਫਿਰ ਮਾਂ ਦਾ ਔਖਾ ਹੋ ਗਿਆ ਹੋਰ ਕੋਈ ਚੱਕਰ ਨਹੀਂ ਚੱਲ ਦੇਖ ਲੈ ਨਾ ਹੈਪੀ ਬਾਅਦ ਮੈਂ ਮਿਲਾ ਕੇ ਲੈ ਲੂ ਉਹ ਕਿਉਂ ਐ ਦੇਖੋ ਇਹ ਤਾਂ ਰੀਤੀ ਰਿਵਾਜ ਬਣੇ ਆ ਆਪਾਂ ਕੋਈ ਨਵਾਂ ਤਾਂ ਕਰਨ ਨਹੀਂ ਲੱਗੇ ਹੈਨਾ ਵਿਆਹ ਤੋਂ ਬਾਅਦ ਕੁੜੀ ਜਾਂਦੀ ਹੁੰਦੀ ਐ ਨਾਲੇ ਐ ਮੁੜ ਕੇ ਫਿਰ ਉਹੀ ਗੱਲ ਨਹੀਂ ਕਹਿੰਦੀ ਸੀ ਪੁੱਤ ਮੈਂ ਵੀ ਚੱਲ ਦੋ ਦਿਨ ਲਾਇਆ ਆਉਂਦੀ ਦੇਖ ਲੈ ਮੋ ਲੋਟ ਨਹੀਂ ਜਾਂਦਾ ਐ ਪਰ ਕੱਲੀ ਰਾਤ ਨੂੰ ਤਾਂ ਔਖੀ ਹੋਣੀ ਰਾਤ ਨੂੰ ਮੈਂ ਤਾਂ ਔਖੀ ਹੂੰ ਆਏ ਆ ਪੁੱਤ ਇਹ ਵੀ ਆਏ ਆ ਹੁਣ ਕੰਮ ਧੰਦਾ ਛੱਡ ਕੇ ਦੇਖ ਹੈ ਖੇਤੀ ਬੰਨੇ ਵਾਲੇ ਇਹ ਆ ਖੇਤੀ ਬੰਨੇ ਵਾਲੇ ਆਪਾਂ ਨਾਲੇ ਬਈ ਇੱਕ ਗੱਲ ਜਦੋਂ ਵਿਆਹ ਨਹੀਂ ਹੋਇਆ ਸੀ ਪਾਣੀ ਦੀ ਬਾਰੀਆਂ ਤਾਂ ਆਪਣੀਆਂ ਉਦੋਂ ਵੀ ਲੱਗਦੀਆਂ ਹੋਣਗੀਆਂ ਹਨਾ ਹੁਣ ਆ 2-4 ਦਿਨ ਨਾਲੇ ਦੇਖ ਰਿਸ਼ਤੇਦਾਰ ਪਤਾ ਕੀ ਕਰਨਾ ਜੇ ਵੀ ਕੀ ਗੱਲ ਹੋ ਗਈ ਕੁੜੀ ਨੂੰ ਲੈ ਕੇ ਨਹੀਂ ਗਏ ਆਏ ਮੁੜ ਕੇ ਗੱਲਾਂ ਬਣ ਜਾਂਦੀਆਂ ਹੁੰਦੀਆਂ ਨੇ ਉਹ ਇਹਨਾਂ ਬਈ ਗੱਲਾਂ ਦਾ ਕੀ ਬਣਨੇ ਬਾਕੀ ਤੂੰ ਯਾਰ ਦੀ ਭੈਣ ਨੂੰ ਪੁੱਛ ਲੈ ਯਾਰ ਬਈ ਬਸ ਬਾਅਦ ਚ ਮਿਲਿਆ ਮਾ ਹਨਾ ਆਪਾਂ ਠੀਕ ਹੈ ਜੀ ਜਿਵੇਂ ਤੁਸੀਂ ਕਹਿੰਦੇ
ਦੇਖ ਲੈ ਭੈਣੇ ਮਾਂ ਬਾਹਲਾ ਕਰੀ ਜਾਂਦੀ ਸੀ ਉਹ ਕਹਿੰਦੀ 2 ਦਿਨ ਲਾ ਜੂਗੀ ਕਿੱਡੀ ਕੁ ਗੱਲ ਆ ਦੱਸ ਸਾਨੂੰ ਤਾਂ ਲੈ ਕੀ ਹੁੰਦਾ ਪਰ ਫਿਰ ਵੀ ਹੁਣ ਆਏ ਨੇ ਮਤਲਬ ਉਮੀਦ ਕੇ ਲੈਣ ਆਏ ਸੀ ਕੰਮ ਕਾਰ ਤਾਂ ਸਾਡੇ ਘਰੇ ਵੀ ਆ ਮਾਂ ਬਿਮਾਰ ਆ ਪਹਿਲਾਂ ਤੂੰ ਕੰਮ ਕਰ ਲੈਂਦੀ ਹੁੰਦੀ ਸੀ ਹੁਣ ਜੇ ਇਹ ਹਫ਼ਤਾ ਉੱਥੇ ਲਾਈ ਫਿਰ ਕਿੱਡੀ ਗੱਲ ਇਹ ਤਾਂ ਐਡਜਸਟਮੈਂਟ ਆਪਾਂ ਨੂੰ ਕਰਨੀ ਪੈਂਦੀ ਹੁੰਦੀ ਹੈ ਬਾਕੀ ਤੁਹਾਡਾ ਨਾ ਟੱਬਰ ਬਈ ਵੱਡਾ ਸਾਡਾ ਟੱਬਰ ਛੋਟਾ ਯਾਰ ਹੋਰ ਕੋਈ ਗੱਲ ਨਹੀਂ ਵੀਰੇ ਚਲੋ ਵੀ ਨਵੀਂ ਨਵੀਂ ਅਸੀਂ ਤਾਂ ਤਾਂ ਬਾਲਾ ਕਹੀ ਜਾਂਦੇ ਆ ਵੀ ਨਾ ਕੋਈ ਨਾ ਬਈ ਫਿਰ ਮੈਂ ਮਿਲਾ ਕੇ ਲੈ ਜਾਊਂਗਾ 2-4 ਦਿਨ ਮਿਲਾ ਲਿਆਉਂਗਾ ਚਲ ਕੋਈ ਨਾ ਉੱਥੇ ਜਾ ਕੇ ਮਿਲਾ ਲਿਆਉਂਗਾ 2 ਦਿਨ ਅਟਕ ਜਾਓ ਤੁਸੀਂ ਇਹ ਦੋਨੇ ਆ ਜਾਣਗੇ ਮਿਲ ਆਉਣਗੇ ਐਂ ਕਰ ਲਾਂਗੇ ਮਾਂ ਐਂ ਕਰ ਲਓ ਦੇਖ ਲਓ ਫਿਰ ਨਾ ਉਹੀ ਗੱਲ ਗੱਲ ਦਾ ਗੁੱਸਾ ਵੱਧ ਜਾਂਦਾ ਜਦੋਂ ਤੁਹਾਨੂੰ ਫੋਨ ਕੀਤਾ ਤੁਸੀਂ ਕਹਿੰਦੇ ਆ ਕੇ ਲੈ ਜਾਓ ਫਿਰ ਇੱਥੇ ਆ ਕੇ ਸਾਨੂੰ ਜਵਾਬ ਦਿੰਦੇ ਫਿਰ ਇਹ ਗੱਲਾਂ ਵੀ ਲੋਟ ਨਹੀਂ ਆਉਂਦੀ ਹੈਗੀ ਤੁਸੀਂ ਆਪਦੀ ਸਲਾਹ ਘਰੇ ਪਹਿਲਾਂ ਕਰ ਲਿਆ ਕਰੋ ਨਾ ਮੇਰੀ ਗੱਲ ਚੱਲ ਹੈਪੀ ਪੁੱਤ ਕੋਈ ਨਾ ਮਾਂ ਮੈਂ ਤਾਂ ਮਾੜਾ ਜਾਨਣਾ ਕੋਈ ਗੱਲ ਨਹੀਂ ਤੂੰ ਬਸ ਕਰ ਲਈ ਗੱਲ ਜਿਹੜੀ ਮੈਂ ਤੁਹਾਨੂੰ ਕਹਿਤਾ ਬਸ ਕੋਈ ਨਾ ਪੁੱਤ ਗੱਲ ਮੰਨੀ ਦੀ ਹੁੰਦੀ ਹੈ ਸਿਆਣਾ ਬਣੀ ਦਾ ਹੁੰਦਾ ਮੇਰੀ ਗੱਲ ਸੁਣੋ ਜੀ ਮੈਂ ਤੁਹਾਨੂੰ ਇਹੀ ਕਹਿਣਾ ਚਾਹੁੰਦੀ ਆ ਜਦੋਂ ਦੇਖੋ ਉਹ ਭੇਜ ਕੇ ਰਾਜੀ ਨਹੀਂ ਆਪਾਂ ਪਰੌਣੇ ਨਾ ਵਰਤਣਾ ਮਾਂ ਦੇਖੋ ਉਹ ਜਦੋਂ ਹੈਂਡ ਕਰੀ ਬੈਠਾ ਜਿੱਦ ਫੜੀ ਬੈਠਾ ਭੇਜਦਾ ਨਹੀਂ ਤਾਂ ਕਰਕੇ ਆਪਾਂ ਕੋਈ ਨਹੀਂ ਆਪੀ ਮਨਾ ਲਿਓ ਜਿਵੇਂ ਖੁਸ਼ ਆ ਆਪਾਂ ਨੂੰ ਤਾਂ ਮੇਨ ਇਹ ਚਾਹੀਦਾ ਵੀ ਆਪਣੀ ਕੁੜੀ ਕਿਵੇਂ ਇੱਥੇ ਖੁਸ਼ ਆ ਜਾਂ ਦੁਖੀ ਆ ਜਦੋਂ ਖੁਸ਼ ਆ ਰਹਿ ਕੇ ਇੱਥੇ ਉਹ ਰੱਖ ਕੇ ਖੁਸ਼ ਆ ਤੇ ਆਪਾਂ ਨੂੰ ਇੱਡੀ ਵੱਡੀ ਖੁਸ਼ਖਬਰੀ ਵਾਲੀ ਕੀ ਗੱਲ ਆ ਉਹ ਗੱਲ ਉਹ ਨਹੀਂ ਹੈਗੀ ਮੈਂ ਤਾਂ ਚਾਹੁੰਦਾ ਚੱਲ ਕੁੜੀਆਂ ਆਪਦੇ ਘਰੇ ਵਸਦੀਆਂ ਸੋਹਣੀ ਲੱਗਦੀ ਹੁੰਦੀਆਂ ਉਹ ਮੈਂ ਮਾਂ ਨੂੰ ਕੀ ਜਵਾਬ ਦਊਂਗਾ ਉਹ ਮੋਦਰੀ ਵੀ ਹੈ ਇੱਕ ਤੈਨੂੰ ਪਤਾ ਕਰਦੀ ਵਾਲਾ ਇਹਦਾ ਅਗਲੀ ਆਖੂ ਕੀ ਪਤਾ ਨਹੀਂ ਕੀ ਗੱਲ ਹੋ ਗਈ ਲੈ ਜਾਂਦੀ ਆਪ ਆਈ ਹੁੰਦੀ ਨਾ ਲੈ ਕੇ ਜਾਂਦੀ ਮੈਨੂੰ ਕੋਈ ਦਿੱਕਤ ਨਹੀਂ ਸੀ ਕੋਈ ਤਾਂ ਹਰਪ੍ਰੀਤ ਤੂੰ ਵੀ ਦੱਸ ਦੇ ਮੈਂ ਤਾਂ ਜੀ ਹੁਣ ਕੀ ਕਮਾਂ ਵੀ ਜਿਵੇਂ ਉਹ ਕਹਿੰਦੇ ਆ ਫਿਰ ਮੈਨੂੰ ਤਾਂ ਉਵੇਂ ਕਰਨਾ ਹੀ ਪਊਗਾ ਉਹ ਆਏ ਸੀ ਮੰਮੀ ਵੀ ਜੇ ਮੈਨੂੰ ਉਹ 2 ਦਿਨ ਭੇਜ ਦਿੰਦੇ ਭਾਬੀ ਨੇ ਪਿੰਡ ਜਾਣਾ ਸੀ ਹਾਂ ਮੈਂ ਵੀ ਪੁੱਤ ਮੈਂ ਤਾਂ ਪੁੱਤ ਕਿਹਾ ਸੀ ਹੁਣ ਇਹਨਾਂ ਦੇ ਸਾਹਮਣੇ ਕਿਹਾ ਸੀ ਵੀ ਚੱਲ 2 ਦਿਨ ਭੇਜ ਦੇ ਤੀਜੇ ਦਿਨ ਜਾ ਕੇ ਤੂੰ ਲੈ ਆਈ ਉਹ ਬਿਮਾਰ ਜੇ ਰਹਿੰਦੇ ਉਹਨਾਂ ਨੂੰ ਆਏ ਸੀ ਵੀ ਕੋਈ ਤਾਂ ਹੋਵੇ ਜੀ ਮੇਰੇ ਕੋਲੇ ਉਹੀ ਸਾਨੂੰ ਚਾਰੇ ਪਾਸੇ ਦੇਖਣਾ ਪੈਂਦਾ ਪਹਿਲਾਂ ਤਾਂ ਇਹਦੇ ਘਰ ਦੇ ਲੈਣ ਆ ਗਏ ਹਨਾ ਵੀ ਵਿਆਹ ਸੀ ਹੁਣ ਗਾਂ ਮੇਰੇ ਸਾਲੇ ਦਾ ਵਿਆਹ ਹੁਣ ਸਾਨੂੰ ਫੇਰ ਇੱਕ ਅੱਧੇ ਦਿਨ ਚ ਜਾਣਾ ਪਊਗਾ ਮੈਨੂੰ ਐ ਸੀ ਵੀ ਚੱਲ 2 ਦਿਨ ਇਹ ਲਾ ਜੂਗੀ ਤੇ 2 ਦਿਨ ਮੈਂ ਉੱਥੇ ਵਿਆਹ ਤੇ ਲਾਉਂ ਹਾਂ ਪੁੱਤ ਕਬੀਲਦਾਰੀਆਂ ਘਰਾਂ ਦੀਆਂ ਸਰਦਾ ਨਹੀਂ ਆਏ ਗਏ ਬਿਨਾ ਜੇ ਕਿਤੇ ਜਾਵਾਂ ਆਵਾਂਗੇ ਫੇਰ ਹੀ ਉਹ ਹੁੰਦਾ ਫੇਰ ਹੀ ਉਹ ਹੁੰਦਾ ਅਗਲਾ ਆਪਦੇ ਆਉਂਦਾ ਸਹੀ ਗੱਲ ਆ ਮਾਸੀ ਜੀ ਚੱਲ ਕੋਈ ਨਾ ਪੁੱਤ ਮੈਂ ਸਮਝਾਉਣੀ ਆ ਕੋਈ ਨਾ ਉਹਦੇ ਨਾਲ ਗੱਲ ਕਰਦੀ ਮੈਂ ਇਕੱਲੇ ਨਾਲ ਚਲੋ ਕੋਈ ਨਾ ਅਸੀਂ ਘੰਟਾ ਬੈਠੇ ਆ ਬਾਕੀ ਤੁਹਾਡੀ ਮਰਜ਼ੀ ਦਾ ਕੋਈ ਨਾ ਪੁੱਤ ਕੋਈ ਨਾ ਰੋਟੀ ਪਾਣੀ ਬਣਾਉਣੀ ਆ ਤਾਂ ਕੋਈ ਨਾ ਵੀਰੇ ਵੀ ਤੁਸੀਂ ਰੈਸਟ ਕਰ ਲਓ ਪੈ ਜਾਓ ਹਾਂ ਬਾਕੀ ਕੋਈ ਨਾ ਪੁੱਤ ਜੇ ਮੇਰਾ ਆਵਣ ਦੀ ਆਪਦੀ ਕਰ ਲਓ ਤੇ ਮੈਨੂੰ ਦੱਸ ਦਿਓ ਠੀਕ ਹੈ ਕੋਈ ਨਾ ਪੁੱਤ ਮੈਂ ਪੁੱਛਦੀ ਆ ਠੀਕ ਹੈ ਹਾਂਜੀ ਮਾਸੀ ਤੁਸੀਂ ਪੁੱਤ ਕੋਈ ਨਾ ਆਰਾਮਦਾਰੀ ਕਰ ਲਓ ਤੁਸੀਂ ਕੋਈ ਨਹੀਂ ਕਰਨੀ ਪਾਣੀ ਸਾਡੇ ਤਿਆਰ ਆ ਸੀ ਕੋਈ ਨਹੀਂ ਆਰਾਮ ਹੀ ਕਰਦੇ ਮਾਸੀ ਕੋਈ ਨਹੀਂ ਤੁਸੀਂ ਕਰੋ ਮੇਰੀ ਗੱਲ ਸੁਣੋ ਤੁਸੀਂ ਮੇਰੇ ਕਹੇ ਤੋਂ ਵੀ ਕਿਉਂ ਨਹੀਂ ਹਟਦੇ ਜਦੋਂ ਉਹ ਰੱਖ ਕੇ ਖੁਸ਼ ਆ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੀ ਉਹ ਗੱਲ ਰੱਖ ਕੇ ਖੁਸ਼ ਦੀ ਨਹੀਂ ਹੈਗੀ ਜਵਾਕ ਤਾਂ ਹੈ ਨਹੀਂ ਉਹ ਤਾਂ ਨਿਆਣਿਆਂ ਵਾਂਗੂ ਕਰੀ ਜਾਂਦਾ ਹੁਣ ਮੇਰਾ ਵੀ ਤਾਂ ਵਿਆਹ ਹੋਇਆ ਮੈਂ ਤਾਂ ਤੇਰਾ ਇੱਥੇ ਪੈਰ ਨਹੀਂ ਫੜੇ ਹੈਗੇ ਵੀ ਤੂੰ ਨਾ ਜਾ ਹੁਣ ਜਿਹੜਾ ਕੋਈ ਕਾਰ ਵਿਹਾਰ ਹੁੰਦੇ ਕੋਈ ਬਣੀਆਂ ਆਈਆਂ ਪੁਰਾਣੇ ਰੀਤੀ ਰਿਵਾਜ ਉਹ ਤਾਂ ਕਰਨੇ ਪੈਣਗੇ ਉਹ ਤਾਂ ਹੁਣ ਸਹੀ ਗੱਲ ਆ ਤੁਹਾਡੀ ਨਿਆਣਾ ਤਾਂ ਹੈ ਨਹੀਂਗਾ ਜਦੋਂ ਹੈਂਡੀ ਫੜੀ ਬੈਠਾ ਤੇ ਆਪਾਂ ਹੈਂਡ ਨਾਲ ਲੈ ਜਾਾਂਗੇ ਆਪਾਂ ਕੁੜੀ ਕਿਉਂ ਵਿਆਹ ਕੇ ਤੋਰੀ ਆ ਆਪਦੇ ਬਾਹਰੋਂ ਉਠਾਈ ਆ ਬਸ ਠੀਕ ਆ ਉਹਦੇ ਸਾਰੇ ਉਹਨੂੰ ਰੱਖ ਕੇ ਖੁਸ਼ ਆ ਤੇ ਆਪਾਂ ਛੱਡ ਦਿੰਨੇ ਬਸ ਕੋਈ ਗੱਲ ਨਹੀਂ ਮਾਂ ਨੂੰ ਮੈਂ ਆਪੇ ਸਮਝਾ ਦੂੰਗੀ ਵੀ ਮਾਂ ਭਾਈ ਉਹਦਾ ਤਾਂ ਪੁਰਾਣਾ ਤੋਰਦਾ ਨਹੀਂ ਤੂੰ ਵੀ ਨਾ ਕਮਾਲ ਕਰਦੀ ਐ ਜੇ ਤੇਰੇ ਮਾਂ ਪਿਓ ਨੇ ਤੈਨੂੰ ਬਾਹਰੋਂ ਉਠਾਤਾ ਇਹਦਾ ਮਤਲਬ ਤੇਰੇ ਰਿਸ਼ਤੇ ਨਾਤੇ ਖਤਮ ਹੋ ਗਏ ਰਿਸ਼ਤੇ ਨਾਤੇ ਤਾਂ ਕਿੱਥੇ ਖਤਮ ਹੁੰਦੇ ਹਾਂ ਫਿਰ ਸਾਰਿਆਂ ਨੂੰ ਹੀ ਆਪਣੇ ਭੈਣ ਭਰਾਵਾਂ ਦਾ ਪਿਆਰ ਆਉਂਦਾ ਹੁੰਦਾ ਚਾਹ ਨਾਲ ਲੈਣ ਆਇਆ ਜਿੰਨਾ ਕੁ ਮਾਂ ਨੂੰ ਉਹ ਹੈ ਨਾ ਉਨਾ ਕੁ ਮੈਨੂੰ ਵੀ ਹੈ ਵੀ 4 ਦਿਨ ਚੱਲ ਉੱਥੇ ਰਹੂਗੀ ਫਿਰ ਐਂ ਤਾਂ ਜੇ ਤੁਸੀਂ ਵੀ ਐਂ ਹੈਂਡ ਕਰੀ ਗਏ ਉਹ ਹੈਂਡ ਕਰੀ ਗਿਆ ਤਾਂ ਦੋਨੇ ਘਰਾਂ 'ਚ ਫਰਕ ਪੈ ਜੂ ਜੀ ਉਹ ਇੰਨੀਆਂ ਕੁ ਗੱਲਾਂ ਨਾਲ ਫਰਕ ਨਹੀਂ ਪੈਂਦਾ ਹੈਗੇ ਜੇ ਅੱਜ ਨੀਵੇਂ ਹੋ ਗਏ ਸਾਰੀ ਉਮਰ ਥੱਲੇ ਲੱਗੇ ਰਵਾਂਗੇ ਉਹੀ ਗੱਲ ਵੀ ਕੁੜੀ ਵਾਲਾ ਥੱਲੇ ਲੱਗਿਆ ਰਵੇ ਚਲੋ ਕੋਈ ਗੱਲ ਨਹੀਂ ਦੇਖੋ ਮਾਸੀ ਜੀ ਗੱਲ ਕਰਨ ਗਏ ਦੇਖੋ ਕੀ ਕਹਿੰਦਾ ਪੁਰਾਣਾ ਭਰੋਸਾ ਨਾ ਆਪਾਂ ਗੱਲ ਕਰ ਲਾਂਗੇ ਚਲ ਦੇਖਦੇ ਆ ਵੀ ਬਲੱਡ ਵਧਾਤਾ ਹੀ ਪੁਰਾਣੇ ਇਹਨੇ ਚਲ ਕੋਈ ਨਹੀਂ ਬਲੱਡ ਨਾ ਵਧਾਓ ਬਸ ਮੇਰੀ ਗੱਲ ਸੁਣ ਤੇਰਾ ਲੈਦਾ ਹੀ ਵਿਆਹ ਹੋਇਆ ਹੈ ਬੇ ਮੈਂ ਵਿਆਹੀ ਸੀ ਤੇਰੇ ਪਿਓ ਨੇ ਤਾਂ ਮਹੀਨਾ ਮੇਰੀ ਬਾਤ ਨਹੀਂ ਸੀ ਪੁੱਛੀ ਛੱਡ ਕੇ ਬਾਬਾ ਸੀ ਬਾਹਰ ਅੱਗੇ ਮੈਂ ਤਾਂ ਕਰਪੈਨ ਲੈ ਕੇ ਜਾਣਾ ਕਣਕ ਵੱਢਣ ਤੇ ਤੂੰ ਐ ਕਰਦਾ ਤੈਨੂੰ ਸ਼ਰਮ ਨਹੀਂ ਆਉਂਦੀ ਮਾੜੀ ਮੋਟੀ ਮੈਨੂੰ ਤਾਂ ਕੋਈ ਨਹੀਂ ਸ਼ਰਮ ਆਉਂਦੀ ਮੈਂ ਤੈਨੂੰ ਸਿੱਧੀ ਗੱਲ ਕਰਦੀ ਬਸ ਉਹਨੂੰ ਜਾ ਕੇ ਕਹਿ ਦੇ ਮੇਰਾ ਜਵਾਬ ਆ ਸਿੱਧਾ ਵਸ ਤੂੰ ਕਹਿਣਾ ਕਹਿ ਦੇ ਗੱਲ ਸੁਣ ਮੇਰੀ ਨਵੀਂ ਨਵੀਂ ਰਿਸ਼ਤੇਦਾਰੀ ਹੈ ਕੀ ਅਗਲੇ ਕਹਿਣਗੇ ਵੀ ਲੈ ਸਾਡੀ ਕੁੜੀ ਨੂੰ ਤੋਰਦੇ ਨਹੀਂ ਉਹ ਉੱਥੇ ਐਡੀ ਹੋ ਕੇ ਆਈ ਹੈ ਕੋਈ ਨਾ ਮੈਂ ਮਿਲਾ ਲਿਆਉਂ ਆਪੇ ਜੋ ਤੁਮ ਕਰਾਂਗੇ ਤਾਂ ਮੇਰੀ ਗੱਲ ਵੀ ਮੇਰੀ ਮਜਬੂਰੀ ਵੀ ਸਮਝ ਲਓ ਕੋਈ ਨਾ ਹੁਣ ਮੈਂ ਕਿਹੜੇ ਮੂੰਹ ਨਾਲ ਉਹਨਾਂ ਨੂੰ ਜਵਾਬ ਦੇਵਾਂ ਤੂੰ ਮੈਨੂੰ ਐਂ ਤਾਂ ਦੱਸ ਤੂੰ ਮੇਰੀ ਸਾਲੀ ਦੀ ਉਹ ਘਰ ਵਾਲੀ ਹੈ ਹਾਂ ਉਹ ਗੱਲ ਨੂੰ ਸਮਝਦੇ ਤੂੰ ਪਰਿਆ ਕੇ ਪਰਾਂ ਹੋ ਕੇ ਉਹਨੂੰ ਸਮਝਾ